प्यारे बच्चों मैं राजीव खंडा अध्यापिका स्मार्ट सरकारी प्राइमरी स्कूल नलुंगा जिला पठानकोट ਤੁਹਾਡਾ ਵਾਤਾਵਰਣ ਦੀ ਅੱਜ ਦੀ ਕਲਾਸ ਵਿੱਚ ਸਵਾਗਤ ਕਰਦੀ ਹਾਂ ਪਿਛਲੀ ਵਾਰ ਤੁਹਾਨੂੰ ਮੈਂ ਪੌਦੇ ਅਤੇ ਉਸ ਦੇ ਭਾਗਾਂ ਦਾ ਕੰਮਕਾਰ ਦੱਸਿਆ ਸੀ ਅੱਜ ਦਾ ਸਾਡਾ ਵਿਸ਼ਾ ਹੈ ਪੌਦੇ ਦੇ ਵੱਖ-ਵੱਖ ਹਿੱਸੇ ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਤਰ੍ਹਾਂ ਨਾਲ ਖਾਣ ਦੇ ਰੂਪ ਵਿੱਚ ਪ੍ਰਯੋਗ ਕਰਦੇ ਹਾਂ ਸਭ ਤੋਂ ਪਹਿਲਾਂ ਪੌਦੇ ਦੀਆਂ ਜੜ੍ਹਾਂ ਹਾਂਜੀ ਪੌਦੇ ਦੀਆਂ ਜੜ੍ਹਾਂ ਜਿਵੇਂ ਮooli ਗਾਜਰ ਸ਼ਲਗਮ ਇਹਨਾਂ ਨੂੰ ਅਸੀਂ ਆਪਣੇ ਖਾਣ ਵਿੱਚ ਪ੍ਰਯੋਗ ਕਰਦੇ ਹਾਂ ਇਸ ਤੋਂ ਬਾਅਦ ਪੌਦੇ ਦਾ ਤਣਾ ਕਿਹੜੇ ਪੌਦਿਆਂ ਦੇ ਤਣੇ ਅਸੀਂ ਖਾਣ ਵਿੱਚ ਪ੍ਰਯੋਗ ਕਰਦੇ ਹਾਂ ਜਿਵੇਂ ਪਿਆਜ਼ ਅਦਰਕ ਆਲੂ ਲਸਣ ਇਹ ਬੱਚਿਓ ਵੱਖ-ਵੱਖ ਸਬਜ਼ੀਆਂ ਦੇ ਰੂਪ ਵਿੱਚ ਵਰਤੇ ਜਾਂਦੇ ਹਨ ਪਰ ਇਹ ਪੌਦੇ ਦੇ ਤਣੇ ਹਨ ਇਸ ਤੋਂ ਬਾਅਦ अगला हिस्सा पौधे के पत्ते जी हाँ बच्चों तुसी पौधे पत्ते पालक पत्ता गोभी पुदीना धनिया आदि सब्जियां के रूप में प्रयोग करते हो इस तो बाद पौधे दा अगला हिस्सा फुल ਪੌਦੇ ਕਿਹੜੇ ਪੌਦਿਆਂ ਦੇ ਫੁੱਲ ਅਸੀਂ ਖਾਂਦੇ ਹਾਂ ਬ੍ਰੋਕਲੀ ਅਤੇ ਗੋਭੀ ਫੁੱਲ ਗੋਭੀ ਅਸੀਂ ਸਬਜ਼ੀ ਦੇ ਰੂਪ ਵਿੱਚ ਵਰਤਦੇ ਹਾਂ ਇਸ ਤੋਂ ਬਾਅਦ ਸਾਡੇ ਕੋਲ ਫਲ ਆ ਜਾਂਦੇ ਹਨ ਫਲ ਅਸੀਂ ਜਿਵੇਂ ਅਨਾਰ ਅੰਗੂਰ ਅੰਬ ਸੇਬ ਆਦਿ ਦੇ ਰੂਪ ਵਿੱਚ ਵਰਤਦੇ ਹਾਂ ਕੁਝ ਸਬਜ਼ੀਆਂ ਜੋ ਪੌਦੇ ਲਈ ਫਲ ਹਨ ਅਤੇ ਉਹਨਾਂ ਨੂੰ ਅਸੀਂ ਸਬਜ਼ੀ ਦੇ ਰੂਪ ਵਿੱਚ ਵਰਤਦੇ ਹਾਂ ਜਿਵੇਂ ਮਿਰਚ ਟਮਾਟਰ ਕਦੂ ਆਦਿ ਇਸ ਤੋਂ ਬਾਅਦ ਪੌਦੇ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਆਉਂਦਾ ਹੈ ਜਿਸ ਨੂੰ ਅਸੀਂ ਸਾਰੇ ਬੀਜ ਕਹਿੰਦੇ ਹਾਂ ਪੌਦੇ ਦੇ ਬੀਜਾਂ ਨੂੰ ਅਸੀਂ ਅਲੱਗ-ਅਲੱਗ ਰੂਪਾਂ ਵਿੱਚ ਵਰਤਦੇ ਹਾਂ ਕੁਝ ਬੀਜਾਂ ਨੂੰ ਅਸੀਂ ਅਨਾਜ ਦੇ ਰੂਪ ਵਿੱਚ ਵਰਤਦੇ ਹਾਂ ਜਿਵੇਂ ਕਣਕ ਮੱਕੀ ਚੌਲ ਕੁਝ ਬੀਜਾਂ ਨੂੰ ਅਸੀਂ ਦਾਲਾਂ ਦੇ ਰੂਪ ਵਿੱਚ ਵਰਤਦੇ ਹਾਂ ਜਿਵੇਂ ਮਾਂ ਚਨੇ ਆਦਿ ਕੁਝ ਬੀਜਾਂ ਨੂੰ ਜਿਵੇਂ ਅਸੀਂ ਕਾਫੀ ਦੇ ਰੂਪ ਵਿੱਚ ਵਰਤਦੇ ਹਾਂ ਕੁਝ ਬੀਜਾਂ ਨੂੰ ਅਸੀਂ ਮਸਾਲੇ ਦੇ ਰੂਪ ਵਿੱਚ ਵਰਤਦੇ ਹਾਂ ਜਿਵੇਂ ਸੌ ਜੀਰਾ ਆਦਿ ਕੁਝ ਪੌਦਿਆਂ ਦੇ ਬੀਜ ਸੁੱਕੇ ਮੇਵੇ ਦੇ ਰੂਪ ਵਿੱਚ ਵਰਤੇ ਜਾਂਦੇ ਹਨ ਜਿਵੇਂ ਬਦਾਮ ਅਖਰੋਟ ਆਦਿ ਸੋ ਬੱਚੋ ਇਹ ਪੌਦੇ ਦੇ ਵੱਖ-ਵੱਖ ਭਾਗ ਹਨ ਜਿਨ੍ਹਾਂ ਨੂੰ ਅਸੀਂ ਖਾਣ ਵਸਤੇ ਪ੍ਰਯੋਗ ਕਰਦੇ ਹਾਂ ਅਤੇ ਇਹਨਾਂ ਦੀ ਅਲੱਗ-ਅਲੱਗ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਵਿਸ਼ਾ ਸਮਝ ਆ ਗਿਆ ਹੋਵੇਗਾ ਅਤੇ ਹੁਣ ਜਦੋਂ ਵੀ ਤੁਸੀਂ ਕੋਈ ਫਲ ਜਾਂ ਸਬਜ਼ੀ ਖਾਂਦੇ ਹੋ ਤਾਂ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਔਰ ਕੋਸ਼ਿਸ਼ ਕਰਨੀ ਹੈ ਪਤਾ ਕਰਨ ਦੀ ਕਿ ਇਹ ਪੌਦੇ ਦਾ ਕਿਹੜਾ ਭਾਗ ਹੈ ਜੋ ਅਸੀਂ ਖਾ ਰਹੇ ਹਾਂ